ਪੰਜਾਬੀ ਸਟੱਡੀ ਪੁਆਇੰਟ 60 ਦੀ ਵੇਖ ਰਹੇ ਸਾਰੇ ਹੀ ਵਿਊਅਰਸ ਆ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ 5ਵੇਂ ਸਮੈਸਟਰ ਦੇ ਨਾਲ ਸੰਬੰਧਿਤ ਹੈ। ਵਿਸ਼ਾ ਹੈ ਚੋਣਵੀ ਪੰਜਾਬੀ ਅਤੇ ਅੱਜ ਅਸੀਂ ਇਸ ਦੇ ਕਵਿਤਾ ਭਾਗ ਜਿਹੜਾ ਕਿ ਇਹਨਾਂ ਦੀ ਪਾਠ ਪੁਸਤਕ ਹੈ ਜੋ ਮੱਧਕਾਲੀ ਅਤੇ ਮੁੱਢਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਇਸ ਪੁਸਤਕ ਦੇ ਵਿੱਚ ਦਰਜ ਹੈ। ਕਵੀ ਦਾ ਨਾਂ ਹੈ ਵਾਰਸ ਸ਼ਾਹ ਅਤੇ ਇਸ ਦੀਆਂ ਅਸੀਂ ਪਹਿਲਾਂ ਹੀ 7 ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਅਤੇ ਇਸ ਤੋਂ ਇਲਾਵਾ ਇਸ ਵਿਸ਼ੇ ਦੇ ਨਾਲ ਸੰਬੰਧਿਤ ਦੂਜੀ ਪਾਠ ਪੁਸਤਕ ਹੈ ਨਾਟਕ ਜਿਨ ਸੱਚ ਪੱਲੇ ਹੋਏ, ਜਿਸ ਬਾਰੇ ਕਾਫੀ ਸਾਰਾ ਕੰਮ ਇਸ ਚੈਨਲ 'ਤੇ ਕੀਤਾ ਹੋਇਆ ਹੈ। ਅਤੇ ਬਾਕੀ ਰਹਿੰਦਾ ਕੰਮ ਹਰ ਹਾਲਤ ਵਿੱਚ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਪੂਰਾ ਮਿਲੇਗਾ। ਅਤੇ ਅੱਜ ਅਸੀਂ ਪੜ੍ਹਨਾ ਹੈ ਕਵਿਤਾ ਗੱਲੀ ਲਾਏ ਕੇ ਕੋਈ ਲਿਆਓ। ਅਸੀਂ ਹੁਣ ਇਹਨਾਂ ਲਾਈਨਾਂ ਦਾ ਪ੍ਰਸੰਗ ਲਿਖਣਾ ਹੈਗਾ। ਤਾਂ ਇਹ ਕਾਵਿ ਟੋਟਾ ਵਾਰਸ ਸ਼ਾਹ ਦੇ ਕਿੱਸੇ ਹੀਰ ਦਾ ਇੱਕ ਅੰਸ਼ ਹੈ ਜੋ ਕਿ ਮੱਧਕਾਲੀ ਅਤੇ ਮੁੱਢਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਹੈ ਅਤੇ ਉਪਸਰ ਲੇਖ ਹੈ ਗੱਲੀ ਲਾਏ ਕੇ ਕੋਈ ਲਿਆਓ। ਇਹ 17 ਕਿੱਸੇ ਵਿੱਚ ਉਦੋਂ ਆਉਂਦੀਆਂ ਨੇ ਜਦੋਂ ਰਾਂਝਾ ਜੋਗੀ ਬਣ ਕੇ ਹੀਰ ਦੀ ਭਾਲ ਦੇ ਵਿੱਚ ਉਸਦੇ ਸਹੁਰੇ ਪਿੰਡ ਵਿੱਚ ਗੇੜੇ ਮਾਰਦਾ ਹੈ। ਉਸਨੂੰ ਵੇਖ ਕੇ ਹੀਰ ਦੀ ਨਨਾਣ ਘਰ ਆ ਕੇ ਹੀਰ ਨੂੰ ਪਿੰਡ ਵਿੱਚ ਆਏ ਨਵੇਂ ਗੱਭਰੂ ਜੋਗੀ ਬਾਰੇ ਦੱਸਦੀ ਹੈ ਅਤੇ ਹੀਰ ਉਸਦੀ ਗੱਲ ਸੁਣ ਕੇ ਠਠੰਬਰ ਜਾਂਦੀ ਹੈ ਕਿਉਂਕਿ ਉਸਨੂੰ ਸ਼ੱਕ ਪੈਂਦਾ ਹੈ ਕਿ ਇਹ ਜੋਗੀ ਬਣਿਆ ਗੱਭਰੂ ਰਾਂਝਾ ਹੀ ਹੋ ਸਕਦਾ ਹੈ। ਇਹਨਾਂ 17 ਵਿੱਚ ਹੀਰ ਦੀ ਜੋਗੀ ਬਣ ਕੇ ਆਏ ਪਿੰਡ ਵਿੱਚ ਆਏ ਜੋਗੀ ਨੂੰ ਮਿਲਣ ਦੀ ਬੇਕਰਾਰੀ ਦਾ ਵਰਣਨ ਹੈ। ਗੱਲੀ ਲਾਏ ਕੋਈ ਲਿਆਏ ਉਸਨੂੰ ਗੱਲ ਪੁੱਛੀਏ ਉਸਨੂੰ ਕਿਹੜੇ ਥਾਂ ਦਾ ਨੇ ਅਤੇ ਹੀਰ ਸਹਿਤੀ ਅਤੇ ਉਸਦੀਆਂ ਸਹੇਲੀਆਂ ਨੂੰ ਕਹਿੰਦੀ ਹੈ ਕਿ ਉਹ ਇਹ ਗੱਲ ਜਾਣਨਾ ਚਾਹੁੰਦੀ ਹੈ ਕਿ ਪਿੰਡ ਦੇ ਵਿੱਚ ਜਿਹੜਾ ਇਹ ਜੋਗੀ ਘੁੰਮ ਰਿਹਾ ਹੈ ਉਹ ਹੈ ਕੌਣ। ਉਹ ਸਹਿਤੀ ਅਤੇ ਉਸਦੀਆਂ ਸਹੇਲੀਆਂ ਨੂੰ ਕਹਿੰਦੀ ਹੈਗੀ ਹੈ ਵੀ ਉਸਨੂੰ ਗੱਲਾਂ ਵਿੱਚ ਲਾ ਕੇ ਮੇਰੇ ਕੋਲ ਲੈ ਕੇ ਆਓ ਅਤੇ ਆਪਾਂ ਰਲ ਕੇ ਉਸਨੂੰ ਪੁੱਛਾਂਗੇ ਕਿਹੜੇ ਥਾਂ ਦਾ ਵੀ ਕਿਹੜੇ ਥਾਂ ਦਾ ਹੈ ਪਰ ਰਲ ਮਿਲ ਕੇ ਉਸ ਤੋਂ ਇਹ ਗੱਲ ਪੁੱਛਾਂਗੇ ਕਿ ਉਹ ਕਿਸ ਥਾਂ ਤੋਂ ਆਇਆ ਹੈ। ਖੇ ਲਾਏ ਕੇ ਦੇਸ਼ ਵਿੱਚ ਫੇਰੇ ਪਾਉਂਦਾ ਅਤੇ ਜ਼ਾਤ ਦਾ ਕੌਣ ਕਹਾਉਂਦਾ ਨਹੀਂ। ਖੇ ਹੁੰਦਾ ਸਵਾਹ ਜਾਂ ਰਾਖ ਕਹਿ ਸਕਦੇ ਹਾਂ, ਪਾਉਂਦਾ ਹੁੰਦਾ ਘੁੰਮਣਾ। ਅਤੇ ਉਹ ਕਹਿੰਦੀ ਹੈ ਕਿ ਆਪਾਂ ਉਸਨੂੰ ਰਲ ਮਿਲ ਕੇ ਪੁੱਛਾਂਗੇ ਕਿ ਤੂੰ ਆਪਣੇ ਪਿੰਡੇ ਉੱਤੇ ਸਵਾਹ ਬਭੂਤੀ ਜਾਂ ਰਾਖ ਲਗਾ ਕੇ ਥਾਂ ਥਾਂ ਘੁੰਮ ਰਿਹਾ ਹੈਗਾ ਅਤੇ ਤੇਰੀ ਜਿਹੜੀ ਜਾਤ ਹੈ ਇਹ ਕਿਹੜੀ ਹੈ, ਜਾਤ ਦਾ ਕੌਣ ਕਹਾਉਂਦਾ ਨਹੀਂ ਭਾਵ ਕਿਹੜੀ ਜਾਤ ਦੇ ਨਾਲ ਸੰਬੰਧਿਤ ਹੈ। ਵੇਖਾਂ ਕਿਹੜੇ ਦੇਸ਼ ਦਾ ਚੌਧਰੀ ਹੈ ਅਤੇ ਕਿਹੜੇ ਦੇਸ਼ ਨੂੰ ਜਾਉਂਦਾ ਨਹੀਂ, ਜਾਉਂਦਾ ਹੁੰਦਾ ਜਾਂਦਾ। ਅਤੇ ਉਹ ਕਹਿੰਦੀ ਹੈਗੀ ਹੈ ਵੀ ਆਪਾਂ ਉਸਨੂੰ ਪੁੱਛਦੇ ਹੈਗੇ ਹਾਂ ਵੀ ਤੂੰ ਕਿਹੜੇ ਦੇਸ਼ ਦਾ ਕਿਹੜੇ ਇਲਾਕੇ ਦਾ ਚੌਧਰੀ ਹੈਗਾ ਅਤੇ ਤੂੰ ਕਿਹੜੇ ਦੇਸ਼ ਨੂੰ ਹੁਣ ਜਾਣਾ ਚਾਹੁੰਦਾ ਹੈ। ਵੇਖਾਂ ਰੋਹੀਓ ਮਾਝਿਓ ਪੱਟੀਆਂ ਹੈ ਰਾਵੀ ਵਿਆਸ ਦਾ ਇੱਕੇ ਚਨਾਉਂਦਾ ਨਹੀਂ। ਅਤੇ ਉਹ ਇਹ ਵੀ ਕਹਿੰਦੀ ਹੈਗੀ ਆ ਕਿ ਉਹ ਰੋਹੀ ਦੇ ਇਲਾਕੇ ਤੋਂ ਆਇਆ ਹੋਇਆ, ਰੋਹੀਓ ਰੋਹੀ ਦੇ ਇਲਾਕੇ ਤੋਂ ਆਇਆ ਹੈ, ਭਾਵ ਰੇਗਿਸਤਾਨ ਦੇ ਇਲਾਕੇ ਤੋਂ ਆਇਆ ਹੋਇਆ, ਜਾਂ ਫਿਰ ਉਹ ਮਾਝੇ ਤੋਂ ਆਇਆ ਹੋਇਆ ਹੈ, ਜਾਂ ਫਿਰ ਪੱਟੀ ਦੇ ਖੇਤਰ ਤੋਂ ਆਇਆ ਹੈ, ਇਹ ਇਲਾਕਿਆਂ ਦੇ ਨਾਂ ਨੇ ਬੇਟਾ, ਜਾਂ ਫਿਰ ਉਹ ਰਾਵੀ ਬਿਆਸ ਜਾਂ ਚਨਾਹ ਦਰਿਆਵਾਂ ਦੇ ਕੰਢਿਆਂ 'ਤੇ
ਕਿਸੇ ਇਲਾਕੇ ਦਾ ਤਾਂ ਨਹੀਂ ਹੈਗਾ ਵੀ ਉਹਨੂੰ ਇਹ ਪੁੱਛਣ ਦੀ ਲੋੜ ਹੈਗੀ ਆ ਵੀ ਕੀ ਉਹ ਰਾਜਸਥਾਨ ਦੇ 'ਚੋਂ ਆਇਆ ਹੈ, ਮਾਝੀ ਤੋਂ ਆਇਆ ਹੈ ਜਾਂ ਪੱਟੀ ਤੋਂ ਆਇਆ ਹੋਇਆ ਹੈ। ਇਸ ਤੋਂ ਇਲਾਵਾ ਉਹ ਰਾਵੀ, ਬਿਆਸ ਅਤੇ ਝਨਾ ਦੇ ਕਿਨਾਰੇ ਦੇ ਪਿੰਡਾਂ ਦੇ ਵਿੱਚੋਂ ਤਾਂ ਨਹੀਂ ਕਿਤੋਂ ਆਇਆ। ਫਿਰ ਇਹ ਤ੍ਰਿੰਜਣਾ ਵਿੱਚ ਖਰਾਬ ਹੁੰਦਾ, ਵਿਹੜਿਆਂ ਫੇਰੀਆਂ ਪਾਉਂਦਾ ਨਹੀਂ। ਅਤੇ ਫਿਰ ਉਹਨਾਂ ਨੂੰ ਨਾਲ ਸਲਾਹ ਕਰਦੀ ਹੈਗੀ ਆ ਵੀ ਇਹ ਜਿਹੜਾ ਜੋਗੀ ਹੈਗਾ ਇਹ ਤ੍ਰਿੰਜਣਾ ਦੇ ਵਿੱਚ ਅਤੇ ਘਰਾਂ ਦੇ ਵਿਹੜਿਆਂ ਦੇ ਵਿੱਚ ਗੇੜੇ ਮਾਰਦਾ ਘੁੰਮ ਰਿਹਾ ਹੈਗਾ, ਖੁਆਰ ਹੋ ਰਿਹਾ ਹੈ। ਖਰਾਬ ਹੋਣਾ ਖੁਆਰ ਹੋਣਾ ਹੈ, ਖੱਜਲ ਖੁਆਰ ਹੋ ਰਿਹਾ ਹੈਗਾ ਵੀ ਇਹਨੂੰ ਇੱਥੇ ਕੀ ਕੰਮ ਹੋ ਸਕਦਾ ਹੈ। ਵਾਰਸ ਸ਼ਾਹ ਮੁੜ ਟੋ ਇਸ ਕਾ ਇਹ ਕਾਸ ਦੀ ਨਹੀਂ, ਭਾਈ ਨੂੰ ਕੋਈ ਇਸ ਦਾ ਭੇਤ ਨਾ ਪਾਉਂਦਾ। ਅਤੇ ਵਾਰਸ ਸ਼ਾਹ ਕਹਿੰਦਾ ਹੈਗਾ ਕਿ ਹੀਰ ਆਪਣੀ ਨਨਾਣ ਅਤੇ ਉਸਦੀਆਂ ਸਹੇਲੀਆਂ ਨੂੰ ਕਹਿੰਦੀ ਹੈ ਵੀ ਇਹ ਜਿਹੜਾ ਜੋਗੀ ਹੈ ਕਿਸ ਚੀਜ਼ ਦੀ ਭਾਲ ਕਰ ਰਿਹਾ, ਕਾਸ ਦਾ ਨਹੀਂ ਕਿਸ ਚੀਜ਼ ਦੀ, ਟੋ ਭਾਲ ਕਰਨੀ ਵੀ ਕਿਸ ਚੀਜ਼ ਦੀ ਖੋਜ ਕਰ ਰਿਹਾ ਹੈ। ਤ੍ਰਿੰਜਣਾ ਅਤੇ ਵਿਹੜਿਆਂ ਦੇ ਵਿੱਚ ਖੁਆਰ ਹੁੰਦਾ ਫਿਰ ਰਿਹਾ ਹੈ, ਕਿਸ ਚੀਜ਼ ਦੀ ਤਲਾਸ਼ ਦੇ ਵਿੱਚ ਘੁੰਮ ਰਿਹਾ ਹੈਗਾ, ਅਤੇ ਇਹਦੀ ਗੱਲ ਦਾ ਕਿਸੇ ਨੂੰ ਸਮਝ ਕਿਉਂ ਨਹੀਂ ਆਉਂਦੀ, ਅਤੇ ਆਪਾਂ ਸਾਰੇ ਇਹ ਰਲ ਮਿਲ ਕੇ ਉਹਦੇ ਪਾਸੋਂ ਇਹ ਗੱਲਾਂ ਪੁੱਛਣੀਆਂ ਨੇ ਵੀ ਕਿਹੜੇ ਇਲਾਕੇ ਦਾ ਹੈ, ਉਹਦੀ ਜਾਤ ਕੀ ਹੈ, ਅਤੇ ਉਹ ਤ੍ਰਿੰਜਣਾ ਅਤੇ ਵਿਹੜਿਆਂ ਦੇ ਵਿੱਚ ਕੀ ਕਰਦਾ ਫਿਰਦਾ ਹੈ, ਕਿਸ ਚੀਜ਼ ਦੀ ਭਾਲ ਕਰ ਰਿਹਾ ਹੈਗਾ। ਤਾਂ ਹੀਰ ਆਪਣੀ ਨਨਾਣ ਅਤੇ ਉਸਦੀਆਂ ਸਹੇਲੀਆਂ ਦੇ ਨਾਲ ਇਹ ਗੱਲ ਕਰਦੀ ਹੈਗੀ ਹੈ। ਇਹ ਤਾਂ ਸੀ ਇਸ ਕਵਿਤਾ ਦਾ ਪ੍ਰਸੰਗ, ਅਤੇ ਇਹਦੇ ਨਾਲ ਦੇ ਸੰਬੰਧਿਤ ਪ੍ਰਸ਼ਨ ਨੇ ਜਿਹੜੇ ਉਹ ਇਹ ਨੇ ਗਏ ਨੇ, ਗੱਲੀ ਲਾਏ ਕੇ ਕੋਈ ਲਿਆਓ ਕਵਿਤਾ ਦਾ ਵਿਸ਼ਾ ਕੀ ਹੈ। ਇਸ ਕਵਿਤਾ ਦਾ ਵਿਸ਼ਾ ਇਹ ਹੈ ਕਿ ਹੀਰ ਆਪਣੀ ਨਨਾਣ ਅਤੇ ਉਸਦੀਆਂ ਸਹੇਲੀਆਂ ਦੇ ਨਾਲ ਇੱਕ ਸਲਾਹ ਕਰਦੀ ਹੈ ਕਿ ਜਿਹੜਾ ਪਿੰਡ ਵਿੱਚ ਨਵਾਂ ਆਇਆ ਜੋਗੀ ਹੈ ਜੋ ਕਿ ਗੱਭਰੂ ਹੈ ਵੀ ਉਸਦੀ ਅਸਲੀਅਤ ਜਾਣਨੀ ਚਾਹੀਦੀ ਹੈ ਅਤੇ ਪਤਾ ਕਰਨਾ ਚਾਹੀਦਾ ਵੀ ਇੱਥੇ ਇਸ ਪਿੰਡ ਦੇ ਵਿੱਚ ਉਹ ਕੀ ਕਰਨ ਲਈ ਆਇਆ ਹੈ ਅਤੇ ਉਹ ਹੈ ਕੌਣ। ਅਗਲਾ ਪ੍ਰਸ਼ਨ, ਗੱਲੀ ਲਾਏ ਕੇ ਕੋਈ ਲਿਆਓ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਕਵਿਤਾ ਦੇ ਵਿੱਚ ਹੀਰ ਆਪਣੀ ਨਨਾਣ ਅਤੇ ਉਸਦੀਆਂ ਸਹੇਲੀਆਂ ਦੇ ਨਾਲ ਇੱਕ ਸਲਾਹ ਕਰਦੀ ਹੈ ਕਿ ਉਹ ਪਿੰਡ ਵਿੱਚ ਆਏ ਨਵੇਂ ਜੋਗੀ ਨੂੰ ਰਲ ਮਿਲ ਕੇ ਉਸ ਬਾਰੇ ਸਾਰੀ ਖੋਜ ਖਬਰ ਕੱਢਣ, ਉਸ ਪਾਸੋਂ ਪੁੱਛਣ ਕਿ ਉਹ ਕਿਹੜੇ ਦੇਸ਼ ਤੋਂ ਆਇਆ ਹੈ ਅਤੇ ਕਿਹੜੇ ਕੰਮ ਲਈ ਉਹ ਤ੍ਰਿੰਜਣਾ ਅਤੇ ਵਿਹੜਿਆਂ ਦੇ ਵਿੱਚ ਘੁੰਮ ਫਿਰ ਰਿਹਾ ਹੈ। ਅਤੇ ਇਹ ਗੱਲ ਜਾਣਨ ਲਈ ਹੀਰ ਬੜੀ ਹੀ ਬੇਕਰਾਰ ਸੀ। ਅਗਲਾ ਪ੍ਰਸ਼ਨ, ਗੱਲੀ ਲਾਏ ਕੇ ਕੋਈ ਲਿਆਓ ਕਵਿਤਾ ਵਿੱਚ ਕਿਹੜੇ ਕਿਹੜੇ ਇਲਾਕਿਆਂ ਦੇ ਨਾਂ ਆਏ ਨੇ। ਇਸ ਕਵਿਤਾ ਦੇ ਵਿੱਚ ਰੋਹੀ ਮੀਨਸ ਬਹਾਵਲਪੁਰ ਅਤੇ ਬੀਕਾਨੇਰ ਦਾ ਇਲਾਕਾ, ਠੀਕ ਹੈ। ਅਤੇ ਮਾਝੇ ਦਾ ਇਲਾਕਾ, ਪੱਟੀ ਦਾ ਇਲਾਕਾ, ਅਤੇ ਇਸ ਤੋਂ ਇਲਾਵਾ ਰਾਵੀ, ਬਿਆਸ ਅਤੇ ਝਨਾ ਦੇ ਕੰਢਿਆਂ ਦੇ ਸਥਿਤ ਇਲਾਕਿਆਂ ਦਾ ਜ਼ਿਕਰ ਆਇਆ ਹੈ। ਮਤਲਬ ਇੱਥੇ ਆਪਣੇ 6 ਨਾਂ ਯਾਦ ਰੱਖਣੇ। ਪਹਿਲਾ ਹੈ ਰੇਗਿਸਤਾਨ ਜਾਂ ਮਤਲਬ ਅਸੀਂ ਕਹਿ ਸਕਦੇ ਹੈਗੇ ਹਾਂ ਬਹਾਵਲਪੁਰ ਅਤੇ ਬੀਕਾਨੇਰ, ਅਤੇ ਮਾਝਾ, ਪੱਟੀ, ਰਾਵੀ, ਬਿਆਸ ਅਤੇ ਝਨਾ ਦਾ ਕਿਨਾਰੇ ਦਾ ਇਸ ਕਵਿਤਾ ਦੇ ਵਿੱਚ ਨਾਂ ਆਇਆ ਹੈਗਾ। ਤਾਂ ਇਹ ਤਾਂ ਸੀਗੀ ਇੱਕ ਕਵਿਤਾ ਛੋਟੀ ਜਿਹੀ ਸੀਗੀ, ਤਾਂ ਇਸਦਾ ਪ੍ਰਸੰਗ ਦੱਸ ਕੇ ਵਿਆਖਿਆ, ਕੇਂਦਰੀ ਭਾਵ ਅਤੇ ਕੁਝ ਪ੍ਰਸ਼ਨਾਂ ਦੇ ਉੱਤਰ। ਅਤੇ ਉਮੀਦ ਕਰਦੀ ਹੈਗੀ ਕਿ ਤੁਹਾਨੂੰ ਸਮਝ ਲੱਗ ਗਏ ਹੋਣਗੇ, ਕਿਉਂਕਿ ਕਵਿਤਾ ਇਹ ਬਹੁਤ ਹੀ ਸਿੰਪਲ ਸਿੱਧੀ ਸਾਦੀ ਸੀਗੀ ਬਾਕੀ ਕਵਿਤਾਵਾਂ ਦੇ ਮੁਕਾਬਲੇ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਆਏ ਹੈਗੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਵੀ ਜ਼ਰੂਰ ਵਾਚਿਓ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਚੈਨਲ ਉੱਤੇ ਇੱਕ ਨਾਲੋਂ ਵੱਧ ਕਲਾਸਿਸ ਅਤੇ ਇੱਕ ਨਾਲੋਂ ਵੱਧ ਵਿਸ਼ਿਆਂ ਦਾ ਕੰਮ ਪਾਇਆ ਹੋਇਆ ਹੈਗਾ।
ਅਤੇ ਕੋਈ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋ ਸਕਦੀ ਹੈਗੀ ਹੈ। ਜੇਕਰ ਅਜਿਹਾ ਹੋਇਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਹਾਂ ਕਿਸੇ ਹੋਰ ਲਾਭਦਾਇਕ ਵੀਡੀਓ ਨਾਲ। ਤਦ ਤੱਕ ਲਈ ਧੰਨਵਾਦ।